ਜਦੋਂ ਵੀ ਕਦੇ ਆਪਾਂ ਨੂੰ ਭੁੱਖ ਲੱਗਦੀ ਆਪਣਾ ਦਿਲ ਕਰਦੇ ਆਪਾਂ ਔਨਲਾਈਨ ਆਰਡਰ ਕਰਵਾ ਲੈਂਦੇ ਹਾਂ, ਪਰ ਜ਼ਿਆਦਾਤਰ ਇਹੀ ਹੁੰਦਾ ਕਿ ਜੋ ਆਪਾਂ ਆਰਡਰ ਕਰਵਾਇਆ ਹੈ ਉਹੀ ਮਿਲਦਾ ਹੈ। ਪਰ ਕਦੇ ਕਦੇ ਕੀ ਤੁਸੀਂ ਇਹ ਸੋਚਿਆ ਹੈ ਕਿ ਕਦੇ ਕਿਸੇ ਨੇ ਜੋ ਆਰਡਰ ਕਰਵਾਇਆ ਹੋਵੇ ਉਸ ਤੋਂ ਬਿਲਕੁਲ ਹੀ ਉਸਨੂੰ ਉਲਟ ਮਿਲਿਆ ਹੋਵੇ, ਅਤੇ ਜਾਂ ਫਿਰ ਆਪਾਂ ਕਹਿ ਲਈਏ ਕਿ ਉਸਨੇ ਇਹ ਸੁਪਨੇ 'ਚ ਨਹੀਂ ਸੋਚਿਆ ਹੋਣਾ ਕਿ ਜੋ ਮੈਂ ਖਾ ਰਹੀ ਹਾਂ ਇਹ ਤਾਂ ਕਦੇ ਮੈਂ ਜ਼ਿੰਦਗੀ 'ਚ ਹੀ ਨਹੀਂ ਖਾ ਸਕਦੀ। ਬਿਲਕੁਲ ਇੱਕ ਵੱਖਰਾ ਜਿਹਾ ਮਾਮਲਾ ਸਾਹਮਣੇ ਆਇਆ ਇਸ ਔਨਲਾਈਨ ਡਿਲੀਵਰੀ ਦਾ ਕਿ ਇੱਕ ਕੁੜੀ ਨੂੰ ਭੁੱਖ ਲੱਗਦੀ ਹੈ, ਉਹ ਔਨਲਾਈਨ ਪਨੀਰ ਵਾਲਾ ਸੈਂਡਵਿਚ ਔਡਰ ਕਰਦੀ ਹੈ ਅਤੇ ਅਗਲੇ ਪਾਸੇ ਰੈਸਟੋਰੈਂਟ ਵਾਲੇ ਬਿੱਲ ਕੱਟ ਕੇ ਸੈਂਡਵਿਚ ਉਹਨੂੰ ਭੇਜ ਵੀ ਦਿੰਦੇ ਆ, ਡਿਲੀਵਰ ਕਰ ਵੀ ਦਿੰਦੇ ਆ। ਪਰ ਜਦੋਂ ਉਹ ਕੁੜੀ ਨੇ ਇੱਕ ਜਾਂ ਦੋ ਦੰਦੀਆਂ ਭਰਦੀ ਹੈ, ਦੋ ਬੁਰਕੀਆਂ ਖਾਂਦੀ ਹੈ, ਉਸ ਨੂੰ ਪਤਾ ਲੱਗਦਾ ਕਿ ਇਹ ਤਾਂ ਪਨੀਰ ਵਾਲਾ ਸੈਂਡਵਿਚ ਨਹੀਂ ਹੈ ਬਲਕਿ ਇਹ ਚਿਕਨ ਸੈਂਡਵਿਚ ਹੈ। ਅਤੇ ਹੁਣ ਉਹ ਕੁੜੀ ਨੇ ਅੱਜ ਤੱਕ ਜ਼ਿੰਦਗੀ ਦੇ ਵਿੱਚ ਕਦੇ ਚਿਕਨ ਨੂੰ ਹੱਥ ਨਹੀਂ ਸੀ ਲਾਇਆ, ਅਤੇ ਉਹ ਕੁੜੀ ਚਿਕਨ ਸੈਂਡਵਿਚ ਜਿਹੜਾ ਹੈਗਾ ਉਹ ਖਾ ਜਾਂਦੀ ਹੈ। ਸੋ ਇਹ ਉਦੋਂ ਬਾਅਦ ਜੋ ਉਹ ਆਪਣੇ ਆਪ ਦੇ ਵਿੱਚ ਮਹਿਸੂਸ ਕਰਦੀ ਹੈ ਕਿ ਮੈਂ ਅੱਜ ਤੱਕ ਚਿਕਨ ਨੂੰ ਕਦੇ ਹੱਥ ਨਹੀਂ ਸੀ ਲਾਇਆ, ਮੈਂ ਚਿਕਨ ਨਹੀਂ ਸੀ ਖਾਂਦੀ, ਪਰ ਅੱਜ ਮੈਨੂੰ ਗਲਤੀ ਦੇ ਨਾਲ ਇਸ ਰੈਸਟੋਰੈਂਟ ਵਾਲਿਆਂ ਨੇ ਚਿਕਨ ਖਵਾ ਦਿੱਤਾ। ਸੋ ਅਤੇ ਹੁਣ ਇਸ ਨਿਰਾਲੀ ਨਾਂ ਦੇ ਔਰਤ ਦੇ ਮਨ ਦੇ ਵਿੱਚ ਇੰਨਾ ਕੁ ਜ਼ਿਆਦਾ ਗੁੱਸਾ ਹੈ ਕਿ ਇਸਨੇ ਕਿਹਾ ਕਿ ਮੈਨੂੰ 50 ਲੱਖ ਦਾ ਮੁਆਵਜ਼ਾ ਇਸ ਰੈਸਟੋਰੈਂਟ ਵੱਲੋਂ ਦਿੱਤਾ ਜਾਣਾ ਚਾਹੀਦਾ, ਇਹ ਰੈਸਟੋਰੈਂਟ ਜਿਹੜਾ ਹੈਗਾ ਉਹ ਮੈਨੂੰ 50 ਲੱਖ ਦਾ ਮੁਆਵਜ਼ਾ ਦੇਵੇ ਕਿਉਂਕਿ ਇਹਨਾਂ ਨੇ ਮੈਨੂੰ ਗਲਤੀ ਦੇ ਨਾਲ ਚਿਕਨ ਖਵਾਇਆ ਏ। ਬਿਲਕੁਲ ਇਹ ਤੁਸੀਂ ਤਸਵੀਰ ਦੇਖ ਰਹੇ ਹੋ, ਇਹ ਚਿਕਨ ਸੈਂਡਵਿਚ ਦੀ ਆ ਅਤੇ ਨਾਲ ਤੁਸੀਂ ਇਹ ਬਿੱਲ ਵੀ ਦੇਖ ਰਹੇ ਹੋ ਜਿਹੜਾ ਕਿ ਔਡਰ ਕਰਵਾਇਆ ਗਿਆ ਸੀ ਇਸ ਔਰਤ ਦੇ ਵੱਲੋਂ। ਨਿਰਾਲੀ ਨਾਮ ਦੀ ਔਰਤ ਹੈ ਜਿਸ ਦੇ ਵੱਲੋਂ 3 ਮਈ ਨੂੰ ਇਹ ਔਡਰ ਕਰਵਾਇਆ ਗਿਆ ਸੀਗਾ, ਭੁੱਖ ਲੱਗਦੀ ਹੈ, ਉਹਨੇ ਚਿਕਨ ਸੈਂਡਵਿਚ ਔਡਰ ਕੀਤਾ। ਪਰ ਨਾਲ ਦੀ ਨਾਲ ਤੁਸੀਂ ਜੇ ਪਰਚੀ ਦੇਖੋਗੇ, ਪਰਚੀ ਦੇ ਉੱਤੇ ਉੱਪਰ ਡੇਟ ਲਿਖੀ ਹੋਈ ਹੈ, ਬਿੱਲ ਨੰਬਰ ਲਿਖਿਆ ਹੋਇਆ ਹੈ, ਅਤੇ ਸਪੈਸ਼ਲ ਤੌਰ 'ਤੇ ਚਿਕਨ ਪਨੀਰ ਟਿੱਕਾ ਸੈਂਡਵਿਚ ਜਿਹੜਾ ਹੈਗਾ ਉਹ ਲਿਖਿਆ ਵੀ ਹੋਇਆ, ਪਰ ਅੰਦਰਲੇ ਪਾਸੇ ਪਨੀਰ ਦੀ ਜਗ੍ਹਾ 'ਤੇ ਚਿਕਨ ਸੈਂਡਵਿਚ ਸੀ। ਸੋ ਹੁਣ ਮਾਮਲਾ ਜਿਹੜਾ ਹੈਗਾ ਇਹ ਤੂਲ ਫੜਦਾ ਨਜ਼ਰ ਆ ਰਿਹਾ ਕਿਉਂਕਿ ਇਸ ਔਰਤ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਔਰ ਇਸਨੇ ਕਿਹਾ ਕਿ ਮੈਨੂੰ ਧੋਖੇ ਦੇ ਨਾਲ ਚਿਕਨ ਸੈਂਡਵਿਚ ਜਿਹੜਾ ਹੈਗਾ ਖਵਾਇਆ ਗਿਆ। ਇਹ ਮਾਮਲਾ ਗੁਜਰਾਤ ਦੇ ਅਹਿਮਦਾਨਗਰ ਦੇ ਚਮੁੰਡਾ ਨਗਰ ਤੋਂ ਸਾਹਮਣੇ ਆਇਆ। ਨਿਰਾਲੀ ਨੇ ਜਿਹੜਾ ਨਗਰ ਨਿਗਮ ਨੂੰ ਇਸ ਦੀ ਸ਼ਿਕਾਇਤ ਜਿਹੜੀ ਹੈਗੀ ਆ ਉਹ ਦੇ ਦਿੱਤੀ ਆ, ਉਸਦੇ ਵੱਲੋਂ ਜਿਹੜੀ ਆ ਮਾਮਲਾ ਜਿਹੜਾ ਹੈਗਾ ਇਹ ਦਰਜ ਕਰਵਾ ਦਿੱਤਾ ਗਿਆ ਹੈ। ਔਰ ਇਹ ਤੋਂ ਬਾਅਦ ਅਗਲੇ ਪਾਸੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ ਨੇ ਫੂਡ ਮਹਿਕਮੇ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ ਹੈ। ਅਹਿਮਦਾਬਾਦ ਨਗਰ ਨਿਗਮ ਨੇ ਰੈਸਟੋਰੈਂਟ 'ਤੇ 5000 ਰੁਪਏ ਦਾ ਜੁਰਮਾਨਾ ਲਗਾ ਦਿੱਤਾ ਗਿਆ ਹੈ, ਪਰ ਇਹ ਜਿਹੜੀ ਔਰਤ ਹੈ ਨਿਰਾਲੀ ਔਰ ਇਹ ਬਿਲਕੁਲ ਵੀ ਸੰਤੁਸ਼ਟ ਨਹੀਂ ਹੈ 5000 ਤੋਂ। ਉਹ ਕਹਿ ਰਹੀ ਹੈ ਕਿ ਮੈਨੂੰ 50 ਲੱਖ ਦਾ ਮੁਆਵਜ਼ਾ ਜਿਹੜਾ ਹੈਗਾ ਇਸ ਰੈਸਟੋਰੈਂਟ ਵੱਲੋਂ ਮਿਲਣਾ ਚਾਹੀਦਾ। ਅਤੇ ਨਿਰਾਲੀ ਨੇ ਅਗਲੇ ਪਾਸੇ ਕਿਹਾ ਕਿ ਜਲਦੀ ਹੀ ਉਹ ਖਪਤਕਾਰ ਫੋਰਮ ਜਿਹੜਾ ਹੈਗਾ ਉਸ ਦੇ ਵਿੱਚ ਕੇਸ ਦਰਜ ਕਰਵਾਊਗੀ। ਨਿਰਾਲੀ ਦਾ ਕਹਿਣਾ ਹੈ ਕਿ ਰੈਸਟੋਰੈਂਟ ਵੱਲੋਂ ਐਡੀ ਵੱਡੀ ਗਲਤੀ ਕਰ ਦਿੱਤੀ ਗਈ ਹੈ। ਇਸ ਔਰਤ ਦਾ ਇਹ ਵੀ ਕਹਿਣਾ ਹੈ ਕਿ ਇਹ ਰੈਸਟੋਰੈਂਟ ਦੇ ਵੱਲੋਂ ਐਡੀ ਵੱਡੀ ਗਲਤੀ ਕੀਤੀ ਗਈ ਹੈ, ਪਰ ਹਜੇ ਤੱਕ ਉਹਨਾਂ ਨੂੰ ਪਛਤਾਵਾ ਨਹੀਂ ਹੈ। ਤਸਵੀਰ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਦੇਖੋ, ਉੱਤਲੇ ਪਾਸੇ ਜਿਹੜਾ ਹੈਗਾ ਡੇਟ ਹੈ 3/5/2024, ਉਦੋਂ ਬਾਅਦ ਬਿੱਲ ਨੰਬਰ ਜਿਹੜਾ ਤੁਸੀਂ ਦੇਖ ਸਕਦੇ ਹੋ 4317, ਔਰ ਪਨੀਰ ਟਿੱਕਾ ਸੈਂਡਵਿਚ ਬਕਾਇਦਾ ਤੌਰ 'ਤੇ ਲਿਖਿਆ ਹੋਇਆ 249 ਰੁਪਏ ਦਾ, ਔਰ ਜਿਹੜਾ ਨੀਚੇ ਇਹਨਾਂ ਨੇ 249 ਰੁਪਏ ਦਾ ਸੈਂਡਵਿਚ ਸੀਗਾ ਡਿਸਕਾਊਂਟ ਉਹਨੂੰ 74 ਰੁਪਈਏ ਦੇ ਦਿੱਤਾ ਗਿਆ ਹੈ, ਉਦੋਂ ਬਾਅਦ 175 ਪਿੱਛੇ ਰਹਿ ਗਏ, ਫਿਰ 15 ਰੁਪਏ ਉਹਨਾਂ ਨੇ ਕੰਟੇਨਰ ਚਾਰਜ ਦੇ ਲਾਏ ਆ ਵਿੱਚ,
ਅਤੇ ਦੋ ਜੀ ਐੱਸ ਟੀਆਂ ਸੈਂਟਰ ਅਤੇ ਸਟੇਟ ਦੀ ਜੀ ਐੱਸ ਟੀ ਹੈ ਜਿਹੜੀ ਹੈ ਇਹ 4.73 ਅਤੇ 4.73 ਇਹ ਮਿਲਾ ਕੇ ਜਿਹੜਾ 9 ਰੁਪਏ ਬਣਦੇ ਆ ਅਤੇ 199 ਰੁਪਏ ਦਾ ਕੁੱਲ ਜਿਹੜਾ ਹੈਗਾ ਉਹਨੂੰ ਪਿਆ ਹੈ ਅਤੇ ਪਰ ਬਹੁਤ ਵੱਡਾ ਜਿਹੜਾ ਖਿਲਵਾੜ ਹੈ ਇਸ ਔਰਤ ਦਾ ਕਹਿਣਾ ਕਿ ਮੇਰੀ ਸਿਹਤ ਦੇ ਨਾਲ ਕੀਤਾ ਗਿਆ ਹੈ। ਬਿਲਕੁਲ ਮੈਂ ਅੱਜ ਤੱਕ ਚਿਕਨ ਨੂੰ ਹੱਥ ਨਹੀਂ ਸੀ ਲਾਇਆ ਪਰ ਇਸ ਰੈਸਟੋਰੈਂਟ ਨੇ ਮੈਨੂੰ ਚਿਕਨ ਖਵਾਤਾ ਅਤੇ ਹਜੇ ਤੱਕ ਕੋਈ ਗਲਤੀ ਵੀ ਮੇਰੇ ਕੋਲੋਂ ਜਿਹੜੀ ਹੈ ਨਹੀਂ ਮੰਗੀ ਗਈ। ਸੋ 50 ਲੱਖ ਰੁਪਏ ਮੁਆਵਜ਼ੇ ਦੀ ਮੰਗ ਜਿਹੜੀ ਹੈਗੀ ਇਸ ਔਰਤ ਦੇ ਵੱਲੋਂ ਕੀਤੀ ਗਈ ਹੈ।